पानी पहन के कपड़े सिकरी तड़ी उभरी एडे चिकर उदन सादी अपनी गुत घर दी सी मेरी घड़ी घड़ी आखी अम्मी एडे एडे वे चिकर वे थोड़े तो सलमान आंदा वेखी हूँ जिन्ना चिकर आंटी ने रहना ना तेरी मां ने यह कोई गल कर दिया लैन मंगनी होगी सिकरी उभरी है होनी होनी बने हो जुड़े होंगे ना पानी लिया मुंडिया लाया पानी जाके पानी खत्म हो गया लैके फोन नहीं किया तहू तो असं आप ही करना उन्होंने को केड़ा फोन है वो अजे सुते होने बाजी ने भी ना आदत पै गई है ना रात में फिर लेट सोंदे ने तो सुबह फिर जो उठने का टाइम होंगे ना फिर बाजी ने बहुत नींद आती है आ जाओ कुर्सी खेल हूँ काला कोला छड़े जलाना करना की इन्ना को महंगा हो गया अच्छा बड़ा महंगा हो गया किन्ने दा पहले किन्ने दा सी पहले तो 100-120 का ले आई था हुंदा सी हां ना 350-350 दी शीशे अच्छा उधर मैं छोटी ले आंदी सो ये ना एक दो दर ला के तो लाया के मुक गया घने बड़े शाइनिंग वाले भी बड़े होंगे ਸਾਰਾ ਤੇ ਇੱਕ ਵਾਰੀ ਗੰਦੀ ਹੋ ਗਈ ਸੀ ਇਹ ਲਾ ਨਹੀਂ ਸਹੀ ਉਹਦੇ ਸਰ ਵਾਲੇ ਦੇ ਸੂਟ ਕਰਨ ਦੀ ਗੱਲ ਹੈ ਨਾ ਸੂਟ ਕਰ ਗਿਆ ਨਹੀਂ ਸਾਨੂੰ ਆਪ ਸਾਰਿਆਂ ਨੂੰ ਕਰਦਾ ਸਾਰੇ ਲਾਨੇ ਆ ਜਾ ਤੇ ਫਿਰ ਲਾ ਲਈ ਤਾਂ ਲੈ ਆ ਤੁਹਾਡੇ ਭਰਾ ਨੇ ਤੇ ਅੱਜ ਕੱਲ ਲਿਆਂਦਾ ਆ ਤਾਰੇ ਮਿਲੇ ਦਾ ਤਾਂ ਤੇਲ ਹਾਂ ਮਿਲੇ ਆਂਦਾ ਉਸੇ ਵਿੱਚ ਲਾ ਲਿਆ ਤੇ ਇੱਥੇ ਅੰਮੀ ਘਰ ਬੋਈ ਨਾ ਜਾਏ ਜਿਹੜਾ ਕਮਰੇ 'ਚ ਵੜਿਆ ਹੈ ਇੰਨੀ ਬੋ ਫਿਰ ਲੱਗੇ ਫਿਰ ਬੋਲਣ ਲੱਗਦਾ ਪਿਆ ਮੈਂ ਕਿਹਾ ਜ਼ੈਨਾ ਨੂੰ ਨਾ ਲਾਇਆ ਜੇ ਉਹ ਬੱਚੀ ਉਹਨੇ ਪਿੱਟਣਾ ਉਹ ਬੜਾ ਅੱਛਾ ਹੀ ਦੇ ਜਿਹੜਾ ਲਾਂਦਾ ਨਾ ਲੇਕਿਨ ਬਾਜੀ ਉਹ ਵੱਡਾ ਬੰਦਾ ਤੇ ਚਲੋ ਕਰ ਲੈਂਦਾ ਉਹਨੇ ਤੇ ਪਿੱਟਣਾ ਉਹਦੇ ਧੱਦਰ ਵਾਸਤੇ ਲਿਆਏ ਸਨ ਨਾ ਉਹਨੂੰ ਧੱਦਰ ਹੈ ਆ ਜਾ ਥੋੜ੍ਹੀ ਦੇਰ ਬਾਅਦ ਆ ਹੀ ਜਾਂਦੀ ਹੈ ਨਾ ਫਿਰ ਮੈਂ ਚਲੀ ਜਾਂਦੀ ਹਾਂ ਬਾਜੀ ਉਸਮਾ ਨੇ ਲਾਇਆ ਅੱਜ ਤੇਲ ਕਿਆ ਪੀ ਲਾਇਆ ਅੱਜ ਨਹੀਂ ਮੈਂ ਆਪ ਹੀ ਦਹੀਂ ਲਾਇਆ ਸੀ ਦਹੀਂ ਤੇ ਤੇਲ ਲਾ ਕੇ ਨਾ ਲਾਇਆ ਸੀ ਮੈਂ ਕਿਹਾ ਉਹਨਾਂ ਤੈਨੂੰ ਇੰਨੀ ਦੇਰ ਨਹੀਂ ਬਾਜੀ ਰੱਖੀ ਦਾ ਨਹੀਂ ਧੋ ਲਿਆ ਸੀ ਇੱਕ ਵਾਰੀ ਤਾਂ ਲਾਇਆ ਕਿ ਜ਼ਰਾ ਥਿੰਦਾ ਰਵੇ ਮੇਰੀ ਖੁਸ਼ਕੀ ਖਤਮ ਹੋਵੇ ਅੱਛਾ ਆ ਮੈਂ ਅੱਜ ਸੋਚਦੀ ਹਾਂ ਲਾ ਕੇ ਨਾ ਧੋਨੀ ਆ ਸ਼ੈਂਪੂ ਲਾ ਕੇ ਉਹ ਤਾਂ ਉੱਧਰ ਹੀ ਧੋ ਲਿਆ ਸੀ ਧੋ ਆਕੜ ਜਾਂਦੇ ਨੇ ਵਾਲ ਉਹਦੇ ਨਾ ਦਹੀਂ ਤੇ ਤੇਲ ਲਾਈਏ ਨਾ ਵਾਲ ਆਕੜ ਜਾਂਦੇ ਨੇ ਧੋ ਕੇ ਵਹਾਂ ਪੇ ਵਾਲ ਧੋ ਕੇ ਨਿਕਲ ਗਈ ਵਾ ਫੈਸ ਚਲੇ ਗਏ ਮੇਰਾ ਤੇ ਨਾ ਕਿਸੇ ਨੇ ਸਿਰ ਲਾ ਕੇ ਉੱਤੋਂ ਬਟਾ ਵੇਖਣਾ ਫੇਰ ਵੀ ਬਾਜੀ ਦਹੀਂ ਦੀ ਬੋਹ ਆਂਦੀ ਜੇ ਤੇ ਸਿਰ ਤੇ ਧੋ ਕੇ ਜਾਣਾ ਮੈਨੂੰ ਲੱਗਦਾ ਤਾਂ ਬਾਹਰ ਧੋ ਕੇ ਗਈ ਹੈ ਕੋਈ ਤੁਹਾਡੇ ਸਿਰ ਨੂੰ ਸੁੰਘ ਹੀ ਲੈਂਦਾ ਆਹ ਮੇਰੇ ਸਿਰ ਨੂੰ ਕਿਨੇ ਸੁੰਘਣਾ ਜਿਨ੍ਹਾਂ ਦੇ ਕੋਲ ਬੈਠੀ ਉਹਨਾਂ ਨੂੰ ਪਤਾ ਦਾਦੀ ਦੇ ਸਿਰ ਧੋਤਾ ਕਿ ਨਹੀਂ ਧੋਤਾ ਤੇ ਕਿਸੇ ਨੂੰ ਕੀ ਪਤਾ ਲੱਗਣਾ ਆ ਜਮਿਆ ਹੈ ਗਰਮ ਪਾਣੀ ਚ ਡੁਬੋ
ਚਾਵਲ ਬੰਦ ਕੀਤੇ ਚਾਵਲ ਅੱਗੇ ਬੜੇ ਘੱਟ ਖਾਂਦੇ ਨਹੀਂ ਕੱਚੇ ਖਾਂਦੇ ਹੀ ਹੈ ਸਹੀ ਸਹੀ ਉਹਨੂੰ ਗੋਲੀਆਂ ਲੱਗੀਆਂ ਨਾ ਚਾਵਲਾਂ ਨੂੰ आप साग देखे तो मैं ना लेके आती हूँ दोपहर को वही चावल बना मजदूर पकाए सन मैं कभी खाली चावल नहीं खाधे गोश्त तो बगैर ना खाली सादिया नहीं मेरे बच्चे नहीं गोश्त तो बगैर अम्मी गोंगलू खाते बाजी पता नहीं कौन मैं दसदा पे गोंगलू ते कद्दू असी पकाए ने आलू बिच थोड़े थोड़े रिंदे ने सस भी पकांदी सस दे हाथ भी बड़ा ज़ायका आपकी दादो बीना ने इनकी सासू मां ਉਹ ਵੀ ਬੜੀ ਮਜ਼ਾ ਖਾਂਦੀ ਪਕਾਉਂਦੀ ਕਰੇਲੇ ਆਲੂ ਪਕਾਉਂਦੀ ਅਸੀਂ ਵੀ ਬੜੇ ਪਕਾਏ ਮੇਰੇ ਵੱਲੋਂ ਵੇਖ ਕੇ ਫਿਰ ਇਹਨਾਂ ਨੇ ਮੇਰੀ ਨਾਂ ਨਹੀਂ ਉਜ਼ਮਾ ਇਹਨਾਂ ਖਾ ਸਾਡੇ ਘਰੋਂ ਖਾਧੇ ਫਿਰ ਇਹਨਾਂ ਵੀ ਪਕਾਉਣੇ ਕੱਲ੍ਹ ਪਰਸੋਂ ਫੋਨ ਕੀਤਾ ਸੀ ਇਹਨੇ ਉਜ਼ਮਾ ਨੇ ਕਿ ਬਾਜੀ ਮੈਂ ਸਮੋਸੇ ਬਣਾਉਣ ਲੱਗੀ ਤੁਹਾਡੇ ਸਮੋਸੇ ਜਿਹੜੇ ਹੁੰਦੇ ਨਾ ਬੜੇ ਮਤਲਬ ਨਰਮ ਹੁੰਦੇ ਨੇ ਮੈਂ ਕਿਹਾ ਬਾਜੀ ਕੋਈ ਰੈਸਪੀ ਪੁੱਛਣੀ ਮੈਂ ਕਿਹਾ ਜ਼ਰਾ ਘਿਓ ਕੋਸਾ ਕਰਕੇ ਜ਼ਿਆਦਾ ਪਾ ਲਏ ਪਾ ਮੈਦਾ ਅਤੇ ਥੋੜ੍ਹਾ ਜਿਹਾ ਦੇ ਪੁੱਤ ਘੱਟ ਥੋੜ੍ਹਾ ਜਿਹਾ ਘਿਓ ਪਾ ਕੇ ਥੋੜ੍ਹਾ ਜ਼ੀਰਾ ਪਾ ਕੇ ਗਰਮ ਪਾਣੀ ਟਿੱਕੀਆਂ ਬਣਾ ਲਏ ਅਤੇ ਮਸਾਲਾ ਜਿਵੇਂ ਮੈਂ ਅੱਗੇ ਬਣਾਈ ਦਾ ਉਂਝ ਬਣਾਈ ਸਹੀ ਭਾਵ ਨਾਲ ਸਾਡਾ ਕੋਈ ਵੇਚਣ ਵਾਲਾ ਹੋਵੇ ਨਾ ਇੰਨੇ ਮਜ਼ੇਦਾਰ ਸਾਡੇ ਸਮੋਸੇ ਹੁੰਦੇ ਨੇ ਜਿਹੜਾ ਇੱਕ ਵਾਰੀ ਖਾ ਜਾਂਦਾ ਨਾ ਬਾਹਰ ਬਾਹਰ ਆਉਂਦਾ ਸਾਰੀ ਗਲੀ ਸਾਡੀ ਇੰਨੇ ਮਜ਼ੇਦਾਰ ਸਮੋਸੇ ਭਾਜੀ ਬੜਾ ਹੀ ਮਜ਼ੇਦਾਰ ਅਤੇ ਤੁਸੀਂ ਆਪ ਹੀ ਗਲੀ 'ਚ ਬੰਦਾ ਪੈੜਾ ਲੱਗਦਾ ਜਨਾਨੀ ਆ ਕੇ ਨਹੀਂ ਦਰਵਾਜ਼ਾ ਖੜਕਾ ਕੇ ਤੇ ਸਮੋਸੇ ਲੈ ਲੈ ਜਾਂ ਇੱਕ ਹੋਰ ਹੱਲ ਦੱਸਾਂ ਜੇ ਤੁਹਾਡੀ ਖਿੜਕੀ 'ਚੋਂ ਇੱਥੋਂ ਰਸਤਾ ਰੱਖੋ ਜਿਹਨੂੰ ਸਮੋਸਾ ਅੰਦਰ ਹੱਥ ਦਿੱਤਾ ਸਮੋਸਾ ਖਾਣੇ ਤਾਂ ਹੋਤੇ ਹੈ ਨਾ ਮੂਸਾ ਦੀ ਸਾਲਗਿਰਾਹ ਕਿੰਨੇ ਸਾਲ ਦਾ ਹੋਈ ਜਾਣਾ ਮੂਸਾ ਮੂਸੋ ਉਹ ਇਹਨਾਂ ਨਾਲ 5 ਮਹੀਨੇ ਛੋਟਾ ਆਹੋ ਰੋਜ਼ੀ ਇਹਨਾਂ ਨਾਲ 5 ਮਹੀਨੇ ਵੱਡੀ ਗਈ ਛਬਰਾ ਤੇ ਕੱਲ ਤੇ ਉਹਦੀ ਵਜ੍ਹਾ ਨਾਲ ਤਾਂ ਨਹੀਂ ਇਨਸ਼ਾਅੱਲਾ ਕਰਾਂਗੇ ਦਾਦੋ ਮੈਂ ਜ਼ਰਾ ਬੈਠ ਕੇ ਦਰੂਦ ਇਬਰਾਹਿਮ ਪੜ੍ਹਦੀ ਮੈਂ ਇਹ ਵੀ ਪੈ ਗਈ ਤੇ ਮੈਂ ਕਿਹਾ ਚੱਲ ਮੈਂ ਵੀ ਥੋੜਾ ਜਿਹਾ ਪੜ੍ਹ ਲੈਂਦੀ ਹਾਂ ਪੜ੍ਹਦੇ ਪੜ੍ਹਦੇ ਦੋਵੇਂ ਦਾਦੀ ਪੋਤਰੀ ਸੌਂਗੇ ਸਵੇਰੇ ਉੱਠੀ ਤੇ ਮੇਰੇ ਮੂੰਹ ਵੇਖੇ ਮੈਨੇ ਆਪਕੋ ਬੋਲਾ ਥਾ ਮੁਝੇ ਰੋਜ਼ਾ ਖਾਣਾ ਮੈਂ ਕਿਹਾ ਚੱਲ ਜੇ ਤੂੰ ਰੋਜ਼ਾ ਰੱਖਣ ਤਾਂ ਰੱਖ ਸਕਦੀ ਤੇ ਰੱਖ ਲੈ ਤੇ ਅੱਗੇ ਰੋਟੀ ਰਾਤ ਨੂੰ ਨਹੀਂ ਸਕਦਾ ਅੱਜ ਤੂੰ ਰਾਤ ਨੂੰ ਰੋਟੀ ਖਾ ਲਈ ਸੀ ਅੱਛਾ ਫਿਰ ਰੱਖ ਲਿਆ ਇਹ ਤੇ ਮੈਂ ਤਾਂ ਭੈਣ ਮੈਂ ਕਿਹਾ ਮੈਂ ਤਾਂ ਨਹੀਂ ਰੱਖ ਸਕਦੀ ਦੁਪਹਿਰਾ ਰੋਜ਼ਾ ਅੱਛਾ ਮੈਨੂੰ ਖਾਂਸੀ ਹੁੰਦੀ ਹੈ ਨਹੀਂ ਸਕਦਾ ਤੇ ਗੋਤਾ ਤੇ ਰੱਖਿਆ ਜਾਂਦਾ ਜਿਉਂ ਰੋਜ਼ਾ ਹਾਂ ਰੋਜ਼ੇ ਮੈਂ ਰੱਖਦੀ ਹਾਂ ਇਨਸ਼ਾਅੱਲਾ ਰੱਖਾਂਗੀ ਹੁਣ ਮੇਰੀ ਤਬੀਅਤ ਹੈ ਕਿ ਠੀਕ ਹੈ ਇਨਸ਼ਾਅੱਲਾ ਮੈਂ ਸਾਰੇ ਰੱਖਾਂਗੀ ਪਿਛਲੀ ਵਾਰੀ 6 ਮੇਰੇ ਛੋਟ ਗਏ ਸਾਰੇ 6-7 ਇਨਸ਼ਾਅੱਲਾ ਰੱਖਾਂਗੀ ਖਾਂਸੀ
ਰਹਿਣਾ ਸੇ ਦਿਨ ਬਾਅਦ ਜਾਂਦੇ ਨੇ ਕਰੋਨਾ ਕੇ ਵੀ ਛੁੱਟੀਆਂ ਹੋਈ ਜਿਨਾ ਤਬ ਤਬ ਦਰਵਾਜ਼ੇ ਵੀ ਬੰਦ ਹੋ ਜਾਂਦਾ ਤੋ ਬਣਾਇਆ ਵੇ ਕਿੱਡੇ ਮਜ਼ੇ ਨਾਲ ਕੋਈ ਬੋਲਦੀ ਹੋ ਰਹੀ ਪਰ ਸਮਝ ਲੱਗ ਗਈ ਕਿ ਬੋਲਣਾ ਨਹੀਂ ਦੀ ਰੋਟੀ ਹੋ ਰਹੀ ਚਾਹੀ ਜੇ ਦੀ ਰਲ ਕੇ ਖਾਣ ਸੋ ਸਿਕਰੀ ਬੜੀ ਜ਼ਿਆਦਾ ਵੱਜੀ ਕੁਛ ਉਭਰੀ ਹੈ ਤੇ ਕੁਛ ਬੈਠੀ ਹੈ ਜਾਂ ਤਾਂ ਦਹੀਂ ਬੈਠਾ ਹੈ ਨਹੀਂ ਦਹੀਂ ਤਾਂ ਮੈਂ ਧੋ ਛੱਡਿਆ ਸਿਕਰੀ ਤਾਂ ਹੀ ਤਾਂ ਲਾਇਆ ਸੀ ਸਾਦੀ ਵੈਸੇ ਅੰਮੀ ਐਡੇ ਐਡੇ ਵੱਡੇ ਤੁਹਾਡੇ ਸਿਕਰ ਹੋਏ ਨੇ ਮੈਂ ਕਿਹਾ ਖਾਰਸ਼ ਕਰਕੇ ਕੱਢਣੀ ਹੈ ਨਾ ਉਹ ਇੰਨੇ ਕੁ ਵਾਲ ਹੁੰਦੇ ਨੇ ਨਿਕਲਦਾ ਹੀ ਨਹੀਂ ਵਿੱਚੋਂ ਮੈਂ ਦਹੀਂ ਤੇ ਲਾ ਕੇ ਫਿਰ ਦੋ ਕੁ ਘੰਟੇ ਰੱਖ ਗਏ ਨਾ ਮੈਂ ਖਾਲੀ ਮਲ ਮਲ ਕੇ ਧੋ ਛੱਡਿਆ ਸੀ ਮੈਂ ਕਿਹਾ ਹੁਣ ਦਿਹਾੜੀ ਕੱਢ ਕੇ ਸ਼ੈਂਪੂ ਲਾ ਕੇ ਧੋਵਾਂ ਅੱਜ ਇਤਵਾਰ ਪਤਲੇ ਹੋ ਗਏ ਉਹ ਮੈਂ ਕਿਹਾ ਹੁਣ ਇਸ ਮੌਸਮ ਚ ਬੜੇ ਸੋਹਣੇ ਪੈਣੇ ਸਵਿਸ ਕਪੜਾ ਨੀ ਕਈਆਂ ਨੇ ਉਹ ਪਾਏ ਨੇ ਕੀ ਨਾ ਹੈ ਰੇਸ਼ਮੀ ਸਟਫ ਜਿਹੜੀ ਰੋਜ਼ਾਇਨਾ ਦੀ ਟੀਚਰ ਰੋਜ਼ ਪੜ੍ਹਾਉਣ ਆਉਂਦੇ ਨੇ ਉਹਨਾਂ ਨੇ ਰੋਜ਼ ਰੇਸ਼ਮੀ ਬੱਟੇ ਦੀ ਫਰਾਕ ਬਣਾ ਕੇ ਦਿੱਤੀ ਆ ਤੁਸੀਂ ਕਿੰਨੀ ਸੋਹਣੀ ਲੱਗਦੀ ਇਹ ਵੀ ਉਹੀ ਵਾਲਾ ਕੱਪੜਾ ਜਿਹਾ ਖਾਡੀ ਦੇ ਸੂਟ ਪਾਟਦੇ ਨਹੀਂ ਹੈ ਆਪੀ ਤੁਸੀਂ ਕਰਨੇ ਨੇ ਟੋਕ ਲਗਣਾ ਤੇ ਕੱਪੜਾ ਪਾਟਦਾ ਹੀ ਨਹੀਂ ਮੇਰਾ ਆਪੀ ਸਦੀਆਂ ਨਹੀਂ ਤੇਰਾ ਵੀ ਨਹੀਂ ਦਾ ਪਾਟਦਾ ਮੇਰੇ ਬਸ ਕੰਮ ਵਾਲੀ ਕੋ ਕਦੇ ਖੁੰਗੀ ਆ ਮੇਰੇ ਗੱਡੀ 'ਚ ਬਹਿੰਦੇ ਆ ਨਾ ਲੱਗ ਜਾਏ ਮੇਰੇ ਕੋਲ ਨਹੀਂ ਤਾਂ ਮੇਰਾ ਵੀ ਨਹੀਂ ਫਟਦਾ ਸਾਰੀਆਂ ਦੀਆਂ ਕੁੜੀਆਂ ਜਿਹੜੀਆਂ ਨਾ ਨੀਸਮ ਤੇ ਇਤਬਾ ਕੋਈ ਕੱਪੜੇ ਪਾੜਦੀਆਂ ਕੋਈ ਤਵਾਏ ਲਾਉਂਦੀਆਂ ਕਈਆਂ ਦਾ ਬਾਜੀ ਪਸੀਨਾ ਵੀ ਗੰਦਾ ਹੁੰਦਾ ਜੇ ਤੇ ਜੁੱਤੀਆਂ ਮੋਈ ਸਾਡਾ ਜੁੱਤੀਆਂ ਇੰਨੀਆਂ ਤੋੜਦਾ ਹੀ ਜਿਹਦਾ ਕੋਈ ਹਿਸਾਬ ਨਹੀਂ ਉਹਨਾਂ ਨੇ 1300 ਦੀ ਜੁੱਤੀ ਲਿਆ ਕੇ ਦਿੱਤੀ ਹੈ 1400 ਦੀ ਕਿ ਦੋ ਵਾਰਾਂ ਪਾਈ ਸੂ ਸਾਹਮਣੇ ਸਾਹਮਣੇ ਨਾ ਹੋ